ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਲਗਾਤਾਰ ਲੋਕਾਂ 'ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ, ਲੇਕਿਨ ਮੋਹਾਲੀ ਜ਼ਿਲ੍ਹੇ ਦੇ ਜਗਤਪੁਰਾ ਪਿੰਡ ਹੈ, ਕਾਫੀ ਵੱਡਾ ਪਿੰਡ ਹੈ, ਜਿੱਥੇ ਹਾਲਾਂਕਿ ਫਿਲਹਾਲ ਜਿਹੜੀ ਚੋਣ ਹੈ ਉਹ ਸਸਪੈਂਡ ਕਰ ਦਿੱਤੇ ਗਏ ਨੇ। ਕਾਰਨ ਕੀ ਨੇ? ਬਹੁਤ ਸਾਰੇ ਕਾਰਨ ਹੈ, ਲੇਕਿਨ ਇੱਕ ਅਹਿਮ ਇਹਦੇ ਵਿੱਚ ਬੜਾ ਇੰਟਰਸਟਿੰਗ ਜਿਹੜਾ ਕਾਰਨ ਸਾਹਮਣੇ ਆਇਆ, ਹਾਲਾਂਕਿ ਚੋਣ ਕਮਿਸ਼ਨ ਵੱਲੋਂ ਇਹਨੂੰ ਸਸਪੈਂਡ ਕੀਤਾ ਗਿਆ, ਕਈ ਚੀਜ਼ਾਂ ਨੂੰ ਲੈ ਕੇ ਦੇਖੇ ਹੋਏ, ਅੱਗੇ ਆਉਣ ਵਾਲੇ ਸਮੇਂ 'ਚ ਕਰਾਏ ਜਾਣਗੇ, ਲੇਕਿਨ ਫਿਲਹਾਲ ਜਿਹੜੀ ਸਿਚੁਏਸ਼ਨ ਹੈ ਕਿ ਜਿਹੜੇ ਪਿੰਡ ਦੇ ਲੋਕ ਨੇ ਉਹਨਾਂ ਦੀ ਵੋਟਾਂ ਕਰੀਬ 900 ਹੈ, ਤੇ ਜਿਹੜੇ ਪ੍ਰਵਾਸੀ ਨੇ ਉਹਨਾਂ ਦੀ ਵੋਟਸ ਜਿਹੜੀ ਨੇ 6000 ਪਲੱਸ, ਯਾਨੀ ਕਿ 6500 ਕਰੀਬ ਜਿਹੜੀ ਵੋਟਾਂ ਨੇ। ਹਾਲਾਂਕਿ ਹੁਣ ਫਿਲਹਾਲ ਚੋਣ ਕਮਿਸ਼ਨ ਵੱਲੋਂ ਜਿਹੜੀ ਮੁਲਤਵੀ ਕੀਤਾ ਗਿਆ, ਜਿਹੜੇ ਪਿੰਡ ਦੇ ਲੋਕ ਨੇ ਉਹ ਵੀ ਸਾਡੇ ਨਾਲ ਜੁੜਨਗੇ, ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ, ਕਿਉਂਕਿ ਚੋਣ ਕਮਿਸ਼ਨ ਵੱਲੋਂ ਹਾਲਾਂਕਿ ਸਸਪੈਂਡ ਕੀਤਾ ਗਿਆ, ਲੇਕਿਨ ਲੋਕਾਂ ਦਾ ਕੀ ਕਹਿਣਾ ਹੈ ਉਹਦੇ ਵਿੱਚ ਉਹਨਾਂ ਦੀ ਗੱਲ ਉਹਨਾਂ ਦੇ ਨਾਲ ਗੱਲਬਾਤ ਜ਼ਰੂਰ ਕਰਾਂਗੇ। ਜਗਤਪੁਰਾ ਜਿਹੜਾ ਪਿੰਡ ਹੈ ਭਾਅ ਜੀ, ਕਿਉਂਕਿ ਹੁਣ ਚੋਣ ਕਮਿਸ਼ਨ ਵੱਲੋਂ ਜਿਹੜਾ ਸਸਪੈਂਡ ਕੀਤਾ ਗਿਆ, ਫਿਲਹਾਲ ਕਾਰਨ ਕੀ ਰਹੇ? ਕਿਉਂਕਿ ਤੁਸੀਂ ਤਾਂ ਚਾਹੁੰਦੇ ਹੋ ਕਿ ਇਲੈਕਸ਼ਨ ਹੋਣ, ਲੇਕਿਨ ਕੀ ਰੀਜ਼ਨ ਕੀ ਰਹੇ? ਭਾਈ ਦੇਖੋ ਜੀ, ਮੈਂ ਤੁਹਾਨੂੰ ਕਲੋਨੀ ਦਾ ਪਹਿਲਾਂ ਬੈਕਗ੍ਰਾਊਂਡ ਦੱਸ ਦਿੰਦਾ ਵੀ ਸਾਡੀ ਕਲੋਨੀ ਜਿਹੜੀ ਸੀ ਉਹ ਪਹਿਲਾਂ 10 ਫੇਸ ਮੋਹਾਲੀ ਹੁੰਦੀ ਸੀ, ਠੀਕ ਹੈ। 30 ਸਾਲ ਅਸੀਂ ਉੱਥੇ ਰਹੇ ਭਾਅ ਜੀ। 30 ਸਾਲ ਰਹਿਣ ਤੋਂ ਬਾਅਦ ਸਾਨੂੰ ਗਮਾਡਾ ਵਾਲਿਆਂ ਨੇ ਉੱਥੋਂ ਚੱਕਿਆ ਅਤੇ 2005 'ਚ ਅਸੀਂ ਇੱਥੇ ਰਹਿ ਗਏ। 30 ਸਾਲ ਉੱਥੇ ਰਹੇ ਹਾਂ, 18 ਸਾਲ ਇੱਥੇ ਹੋ ਗਏ ਜੀ। 18 ਸਾਲ ਇੱਥੇ ਹੋ ਗਏ, ਸਾਨੂੰ ਬਹੁਤ ਪ੍ਰੋਬਲਮਾਂ ਆਉਂਦੀਆਂ ਨੇ ਇੱਥੇ, ਇਸ ਕਰਕੇ ਅਸੀਂ ਇਹ ਡਿਸੀਜਨ ਲਿੱਤਾ ਸੀ ਕਿ ਐਕਟਿਵ ਏਰੀਏ ਜੇਕਰ ਕਿਤੇ ਸਾਡੇ ਸਰਕਾਰ ਸੁਣਵਾਈ ਕਰੇ ਜਾਂ ਪ੍ਰਸ਼ਾਸਨ ਸੁਣਵਾਈ ਕਰੇ ਵੀ ਅਸੀਂ ਆਉਣ ਵਾਲੇ ਜਿਹੜੇ ਇਲੈਕਸ਼ਨ ਹੈ ਉਹਨਾਂ ਵਿੱਚ ਸਾਡਾ ਆਪਣਾ ਪੰਚ ਸਰਪੰਚ ਹੋਵੇ, ਅਤੇ ਅਸੀਂ ਕੋਰਟ ਦਾ ਦਰਵਾਜ਼ਾ ਖੜਖਟਾਇਆ ਹਿਊਮਨਸ ਰਾਈਟ ਦਾ। ਹਿਊਮਨਸ ਰਾਈਟ ਨੇ ਸਾਡੇ ਹੱਕ 'ਚ ਫੈਸਲਾ ਕੀਤਾ, ਠੀਕ ਹੈ ਜੀ। ਅਤੇ ਅਸੀਂ ਜਿੰਨੀਆਂ ਵੀ ਐਪਲੀਕੇਸ਼ਨਾਂ ਲਾਈਆਂ ਨੇ ਹਾਲੇ ਤੱਕ ਉਹਦੇ ਵਿੱਚ ਕਿਤੇ ਵੀ ਇਹ ਨਹੀਂ ਹੈ ਕਿ ਸਾਨੂੰ ਕਿਸੇ ਨਾਲ ਮਰਜ ਕੀਤਾ ਜਾਵੇ। ਅਸੀਂ ਬਿਲਕੁਲ ਹੀ ਕਿਤੇ ਨਹੀਂ ਐਡ ਕੀਤਾ ਕਿ ਸਾਨੂੰ ਜਗਤਪੁਰੇ ਪਿੰਡ ਨਾਲ ਜੋੜੋ ਜਾਂ ਕਿਤੇ ਹੋਰ ਜੋੜੋ, ਠੀਕ ਹੈ। ਅਸੀਂ ਆਪਣਾ ਹੱਕ ਮੰਗੇ ਕਿ ਸਾਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ ਜਾਵੇ। ਜਦ ਅਸੀਂ ਵਿਧਾਨ ਸਭਾ ਦੀਆਂ ਵੋਟਾਂ ਪਾਉਂਦੇ ਹਾਂ, ਮਿਊਂਸੀਪਲ ਕਾਰਪੋਰੇਸ਼ਨ ਦੀਆਂ ਵੋਟਾਂ ਨਹੀਂ ਪਾਉਂਦੇ ਅਸੀਂ, ਅਤੇ ਜਿਹੜਾ ਦੂਸਰਾ ਆਪਣਾ MP ਦੀਆਂ ਵੋਟਾਂ, ਅਸੀਂ 2 ਵੋਟਾਂ ਪਾਉਂਦੇ ਸਿਰਫ, 2 ਵੋਟਾਂ, 2 ਵੋਟਾਂ ਪਾਉਣ ਤੋਂ ਬਾਅਦ ਸਾਡਾ ਕੰਮ ਖਤਮ ਹੋ ਜਾਂਦਾ, ਕਿਉਂਕਿ ਤੀਸਰੀ ਵੋਟ ਜਿਹੜੀ ਸਾਡੀ ਹੱਕ ਦੀ ਪੈਣੀ ਚਾਹੀਦੀ ਹੈ ਮਿਊਂਸੀਪਲ ਕਾਰਪੋਰੇਸ਼ਨ ਦੀ ਜਾਂ ਪੰਚਾਇਤ ਦੀ, ਉਹ ਸਾਡੀ ਨਹੀਂ ਪੈ ਰਹੀ, ਨਾ ਤਾਂ ਸਾਡਾ ਸਰਪੰਚ, ਨਾ ਕੋਈ ਪੰਚ ਹੈ। ਜਦੋਂ ਅਸੀਂ ਕਿਸੇ ਦਾ ਵੈਰੀਫਾਈ ਕੋਈ ਚੀਜ਼ ਕਰਾਉਣੀ ਹੁੰਦੀ ਹੈ, ਮੋਹਰ ਲਵਾਉਣੀ ਹੈ, ਕੋਈ ਜੰਮ ਗਿਆ ਬੱਚਾ, ਕੋਈ ਮਰ ਗਿਆ, ਸਰਟੀਫਿਕੇਟ, ਹਾਂਜੀ ਹਾਂਜੀ, ਸਾਰਾ ਕੁਝ, ਉਹਦੇ ਵਿੱਚ ਸਾਨੂੰ ਬਹੁਤ ਦਿੱਕਤਾਂ ਆਉਂਦੀਆਂ ਨੇ, ਹੈਨਾ। ਸਾਡੀ ਕੋਈ ਵੱਡੀ ਮੰਗ ਨਹੀਂ, ਅਸੀਂ ਇਹ ਨਹੀਂ ਕਹਿੰਦੇ ਵੀ ਸਾਨੂੰ ਇੱਥੇ ਹੀ ਤੁਸੀਂ ਸਾਨੂੰ ਮਾਲਿਕਾਨਾ ਹੱਕ ਦੇ ਦਿਓ, ਇੱਦਾਂ ਦਾ ਕੁਛ ਨਹੀਂ ਹੈ। ਸਾਨੂੰ ਸਿਰਫ ਇੰਨਾ ਹੀ ਸੀ ਸਰਕਾਰ ਕੋਲੋਂ ਕਿ ਸਾਨੂੰ ਕਿਸੇ ਤਰੀਕੇ ਵੀ ਐਡਜਸਟ ਕੀਤਾ ਜਾਵੇ, ਸਾਡਾ ਆਪਣਾ ਪੰਚ ਸਰਪੰਚ ਹੋਵੇ, ਅਸੀਂ ਆਪਣੀ ਮੋਹਰ ਲਾਈਏ ਅਤੇ ਅਸੀਂ ਉਹਨੂੰ ਵੈਰੀਫਾਈ ਕਰ ਸਕੀਏ। ਇਹ ਵੀ ਗੱਲ ਸੱਚਾਈ ਹੈ ਕਿ ਜਿਹੜੇ ਪਿੰਡ ਦੇ ਲੋਕ ਹੈ ਉਹਨਾਂ ਦੀ ਕਰੀਬ 900 ਵੋਟਸ ਨੇ, ਅਤੇ ਜਿਹੜੇ ਪ੍ਰਵਾਸੀ ਨੇ ਉਹਨਾਂ ਦੀ 6500 ਕਰੀਬ ਵੋਟ। ਦੇਖੋ ਭਾਅ ਜੀ, ਇਹ ਗੱਲ ਮੈਂ ਦੱਸ ਦਿੰਦਾ ਤੁਹਾਨੂੰ, ਤਕਰੀਬਨ ਟੋਟਲ ਵੋਟ ਜੇ ਕਲੋਨੀਆਂ ਦੀ ਲਾਈ ਜਾਵੇ, ਅੰਬ ਸਾਹਿਬ ਕਲੋਨੀ, ਗੁਰੂ ਨਾਨਕ ਕਲੋਨੀ ਅਤੇ ਕੁਆਰਕ ਸਿਟੀ ਕਲੋਨੀ, ਸਾਰੀ ਜਗਤਪੁਰਾ 'ਚ ਪੈਂਦੀ, ਹਾਂਜੀ ਜਗਤਪੁਰਾ 'ਚ ਹੀ ਹੈ। ਇਹਨਾਂ ਵੋਟਾਂ, ਇਹਨਾਂ ਦੀ ਜਿਹੜੀ ਵੋਟ ਹੈ ਤਕਰੀਬਨ ਹੈਗੀ ਹੈ, ਠੀਕ ਹੈ, ਹੈਗੀ ਹੈ, 500 ਨਹੀਂ ਹੈ, 500 'ਚੋਂ 1200 ਵੋਟ ਜਿਹੜੀ ਉਹ ਪਿੰਡ ਦੀ ਹੈ, ਪਿੰਡ ਦੀ ਹੈ, ਠੀਕ ਹੈ, ਹਾਂਜੀ, ਬਾਕੀ ਵੋਟ ਸਾਡੀ ਹੈ, ਠੀਕ ਹੈ, ਠੀਕ ਹੈ ਜੀ, ਯਾਨੀ ਕਿ ਮੈਜੋਰਟੀ ਤਾਂ ਤੁਹਾਡੀ ਹੋਈ, ਮੈਜੋਰਟੀ ਸਾਡੀ ਹੈ, ਠੀਕ ਹੈ ਜੀ। ਅਸੀਂ ਨਹੀਂ ਚਾਹੁੰਦੇ ਉਹਨਾਂ ਦੇ ਨਾਲ ਬਿਲਕੁਲ ਵੀ ਉਹ ਕਰਨਾ, ਠੀਕ ਹੈ, ਤੇ ਇਹ ਸਰਕਾਰ ਨੇ ਦੇਖਣਾ ਸੀ ਜਾਂ ਉੱਪਰ ਪ੍ਰਸ਼ਾਸਨ ਨੇ ਦੇਖਣਾ ਸੀ ਵੀ ਅਸੀਂ ਇਹਨੂੰ ਕਿਸ ਤਰੀਕੇ ਨਾਲ ਜੋੜੀਏ, ਠੀਕ ਹੈ ਨਾ। ਇਹਨਾਂ ਦੀਆਂ ਕਮੀਆਂ ਕਰਕੇ ਸਾਡੀ ਨੁਕਸਾਨ ਹੋਇਆ ਇੱਕ ਵਾਰੀ, ਜੇ ਸਾਨੂੰ ਪਹਿਲਾਂ ਹੀ ਆਪਣਾ ਅਲੱਗ ਅਲੱਗ ਕਰ ਦਿੰਦੇ ਤਾਂ ਸਾਨੂੰ ਅਜੇ ਨੁਕਸਾਨ ਹੁੰਦਾ, ਜਦਕਿ ਅਸੀਂ ਇੱਕ 28 ਨੂੰ ਮੈਂ ਤੁਹਾਨੂੰ ਦਿਖਾ ਵੀ ਦਿੰਦਾ ਲੈਟਰ, ਉਹਦੇ ਵਿੱਚ ਅਸੀਂ ਬਕਾਇਦਾ ਲਿਖਿਆ ਸੀ ਕਿ ਸਾਡੀ ਸਿਰਫ ਜਿਹੜਾ ਕੇਸ ਚੱਲਿਆ ਸੀ ਗੁਰੂ ਨਾਨਕ ਕਲੋਨੀ ਦਾ ਕੇਸ ਲੜਿਆ ਸੀ, ਨਾ ਕਿ ਅੰਬ ਸਾਹਿਬ ਅਤੇ ਕੁਆਰਕ ਸਿਟੀ ਦਾ, ਇਹ ਸਾਰੀਆਂ ਵੋਟਾਂ ਇਹਨਾਂ ਨੇ ਆਪਣੀ ਗਲਤੀ ਨਾਲ ਜੋੜੀਆਂ ਅਤੇ ਉਹਦਾ ਖਮਿਆਜ਼ਾ ਅੱਜ ਭੁਗਤਣਾ ਪੈ ਗਿਆ ਸਾਨੂੰ, ਕਿਉਂਕਿ ਸਾਡੀ ਵੋਟ ਜਿਹੜੀ ਸੀ ਤਕਰੀਬਨ ਗੁਰੂ ਨਾਨਕ ਕਲੋਨੀ 1700 ਵੋਟ ਹੈ, ਸਿਰਫ ਗੁਰੂ ਨਾਨਕ ਕਲੋਨੀ ਦੀ 1700 ਵੋਟ ਹੈ, ਅਸੀਂ ਇਸ ਪਿੱਛੇ ਵਾਈਟ ਕੀਤੀ ਸੀ, ਉਹਨਾਂ ਦੀ ਅਲੱਗ ਬਣਾ ਦਿੰਦੇ, ਸਾਨੂੰ ਕਿਤਰਾਜ ਨਹੀਂ ਸੀ, ਸਾਡੀ ਅਲੱਗ ਬਣਾ ਦਿੰਦੇ, ਪਿੰਡ ਦੀ ਅਲੱਗ ਬਣਾ ਦਿੰਦੇ। ਹੁਣ ਕੀ ਸਿਚੁਏਸ਼ਨ?
ਹੁਣ ਸਿਚੁਏਸ਼ਨ ਇਹ ਹੈ ਕਿ ਦੇਖੋ ਇਸ ਟਾਈਮ ਤਾਂ ਫਿਲਹਾਲ ਇਲੈਕਸ਼ਨ ਜਿਹੜਾ ਹੈਗਾ ਉਹ ਡਿਕਲੇਅਰ ਮਤਲਬ ਕੈਂਸਲ ਹੋ ਗਿਆ, ਕੈਂਸਲ ਹੋ ਗਿਆ ਹੈ ਨਾ, ਹਾਂ ਘੱਟ ਰਹਿ ਗਿਆ। ਅਤੇ ਹੁਣ ਸਾਡੀ ਇਹੀ ਮੰਗ ਹੈ ਕਿ ਇਸ ਟਾਈਮ ਜਿਹੜੀ ਇਲੈਕਸ਼ਨ ਡਿਲੇ ਹੋ ਰਹੀ ਹੈ ਜਾਂ ਲੇਟ ਹੋ ਗਈ ਹੈ ਜੋ ਵੀ ਹੈਗਾ ਕਾਰਨਾਂ ਦੇ ਕਰਕੇ, ਵੀ ਸਾਨੂੰ ਸਹੀ ਤਰੀਕੇ ਨਾਲ ਸਾਡੀਆਂ ਵੋਟਾਂ ਜਿਹੜੀਆਂ ਨੇ ਉਹ ਅਲੱਗ ਕਰਕੇ ਪਿੰਡ ਤੋਂ ਅਲੱਗ ਕਰਕੇ ਸਾਡੀ ਆਪਣੀ ਪੰਚਾਇਤ ਬਣਾਈ। ਤੁਹਾਡੀ ਡਿਮਾਂਡ ਇਹੀ ਹੈ ਬਿਲਕੁਲ ਡਿਫਰੈਂਟ ਕੀਤਾ ਜਾਵੇ, ਪਿੰਡ ਕੀਤਾ ਜਾਵੇ। ਹਾਂ, ਇਹਦੇ ਕਿੰਨੇ ਵੋਟਾਂ ਤੁਹਾਡੇ ਲੋਕ, ਕਿੰਨੇ ਪੋਪੂਲੇਸ਼ਨ ਹੈ ਅਤੇ ਕਿੰਨੀ ਕੁ ਵੋਟਾਂ ਤੁਹਾਡੀ? ਦੇਖੋ ਸਾਡੀ ਜਿਹੜੀ ਪੋਪੂਲੇਸ਼ਨ ਤਾਂ ਹੈਗੀ ਹੈ ਤਕਰੀਬਨ 20-25,000 ਹੋਣੀ ਹੈ, ਠੀਕ ਹੈ। ਜਿਹੜੀਆਂ ਵੋਟਾਂ ਬਣੀਆਂ ਹੋਈਆਂ ਨੇ ਉਹ ਆਪਣੀ 1200 ਮਾਈਨਸ ਕਰ ਦਿਓ, ਚੋਂ 500 ਚੋਂ ਮਾਈਨਸ ਕਰ ਦਿਓ, ਬਾਕੀ ਵੋਟ ਸਾਡੀ ਹੈ ਜੀ। ਯਾਨੀ ਕਿ 5000 ਪਲੱਸ ਤੁਹਾਡੀ ਵੋਟਸ ਜਿਹੜੀ ਹੈਗੀ ਹੈ। ਉਹਦੇ ਵਿੱਚ ਵੀ ਅਸੀਂ ਚਾਹੁੰਦੇ ਹਾਂ ਕਿਉਂਕਿ ਇੱਕ ਵਿੱਚ ਨਾਲਾ ਆਉਂਦਾ, ਨਾਲੇ ਤੋਂ ਪਰਲੀ ਸਾਈਡ ਬੈਠਦੀਆਂ ਨੇ ਕਲੋਨੀਆਂ, ਉਹਨਾਂ ਨੇ ਜੇ ਆਉਣਾ ਹੁੰਦਾ ਤਾਂ 3 ਕਿਲੋਮੀਟਰ ਦੂਰ ਘੁੰਮ ਕੇ ਆਉਂਦੇ ਨੇ। ਅਸੀਂ ਚਾਹੁੰਦੇ ਉਹਨਾਂ ਦੀ ਵੀ ਅਲੱਗ ਬਣੇ ਅਤੇ ਸਾਡੀ ਵੀ ਅਲੱਗ ਬਣੇ। ਉਹ ਤੁਹਾਡੇ ਨਾਲ ਹੈ ਜਾਂ ਉਹ ਡਿਫਰੈਂਟ? ਨਹੀਂ ਉਹ ਡਿਫਰੈਂਟ ਹੈ, ਉਹ ਵੀ ਡਿਫਰੈਂਟ ਨੇ। ਇਹ ਇਹਨਾਂ ਦੀ ਪ੍ਰਸ਼ਾਸਨ ਦੀ ਗਲਤੀ ਕਰਕੇ ਹੀ ਸਾਰਾ ਸਿਸਟਮ ਖਰਾਬ ਹੋਇਆ, ਜੇ ਸਹੀ ਤਰੀਕੇ ਨਾਲ ਬਣਾਉਂਦੇ ਫਿਰ ਸਾਨੂੰ ਕੋਈ ਪ੍ਰੋਬਲਮ। ਠੀਕ ਹੈ, ਯਾਨੀ ਕਿ ਤੁਹਾਡੀ ਡਿਮਾਂਡ ਹੈ ਕਿ ਇਹ ਹੋਣਾ ਚਾਹੀਦਾ। ਹਾਂਜੀ ਮਾਤਾ ਜੀ। ਹਾਂ, ਇਹੀ ਹੋਣਾ ਚਾਹੀਏ ਬਾਈ। ਹਾਂਜੀ, ਮੈਂ ਇਹ ਚਾਹਤੀ ਹੂੰ ਕਿ ਜੋ ਅਭੀ ਇਲੈਕਸ਼ਨ ਹਮਾਰੇ ਖੁਦ ਕੇ ਪੰਚ ਔਰ ਸਰਪੰਚ ਹੋਤੇ ਔਰ ਇਹ ਪੰਚਾਇਤ ਮੇਂ ਹਮਾਰੀ ਕਲੋਨੀ ਜੋ ਲਾਈ ਗਈ ਥੀ, ਲੇਕਿਨ ਇਹ ਜੋ ਵੋਟੇ ਹੈ ਇਹ ਰੱਦ ਕਰ ਦੀ ਗਈ ਹੈ, ਇਹ ਸਰਕਾਰ ਨੇ ਬਹੁਤ ਹਮਾਰੇ ਸਾਥ ਨਾ ਇਨਸਾਫੀ ਕਰੀ ਹੈ। ਹਮ ਚਾਹਤੇ ਹੈ ਕਿ ਹਮਾਰਾ ਵੀ ਕੋਈ ਪੰਚ ਹੋ, ਸਰਪੰਚ ਹੋ ਔਰ ਹਮੇ ਵੀ ਹਮਾਰੇ ਅਧਿਕਾਰ ਮਿਲੇ, ਕਿਉਂਕਿ ਹਮੇ ਗਿੜਗਿੜਾਨਾ ਪੜਤਾ ਪਿੰਡ ਵਾਲੋ ਕੇ ਪਾਸ ਜਾ ਕੇ ਸਟੈਂਪ ਕੇ ਲੀਏ, ਮੋਹਰ ਕੇ ਲੀਏ, ਉਹ 10-10 ਦਿਨ ਤੱਕ ਹਮਾਰੇ ਫਾਰਮ ਜਮਾ ਕਰ ਲੇਤੇ ਔਰ ਕਹਤੇ 10 ਦਿਨ ਬਾਅਦ ਆਨਾ ਔਰ ਲੈ ਜਾਣਾ ਆਪਣੇ ਪਾਸ। ਯਾਨੀ ਕਿ ਦਿੱਕਤ ਹੈ। ਬਿਲਕੁਲ ਸਹੀ ਜੋ ਸਰ ਜੀ ਨੇ ਕਿਹਾ, ਇਹ ਬਹੁਤ ਵੱਡੀਆਂ ਦਿੱਕਤਾਂ ਆ ਰਹੀਆਂ ਨੇ ਜੀ ਮੋਹਰਾਂ ਦੀਆਂ ਜੀ। ਸਾਡਾ ਆਪਣੀ ਕਲੋਨੀ ਦਾ ਵੱਖਰਾ ਕੋਈ ਅਲੱਗ ਸਰਪੰਚ ਹੋਣਾ ਚਾਹੀਦਾ ਕਿ ਜਿਹੜਾ ਆਪਣੇ ਤੁਹਾਡੇ ਨਿੱਜੀ ਕੰਮ ਨੇ ਸਾਡੇ ਕਲੋਨੀ ਦੇ, ਸਾਡਾ ਇੱਥੇ ਬਹਿ ਕੇ ਆਰਾਮ ਨਾਲ ਕੋਈ ਸਰਪੰਚ ਪੰਚ ਸਾਡਾ ਆਪਣਾ PMC ਸਾਡੀ ਮੋਹਰ ਲੱਸ ਗਏ ਔਰ ਸਾਡੇ ਘਰ ਦੇ ਕੰਮ ਜਿਹੜੇ ਵਿਧਾਇਕ ਨੇ ਉਹਨਾਂ ਨਾਲ ਤੁਸੀਂ ਮਿਲੇ, ਉਹਨਾਂ ਨੇ ਸੈਟੀਸਫਾਈ ਕੀਤਾ? ਦੇਖੋ ਜੀ, ਇਹ 'ਚ ਪੋਲੀਟੀਕਲ ਜਿਹੜਾ ਹੈਗਾ ਨਾ ਉਹ ਬਿਲਕੁਲ ਵੀ ਇੰਟਰਫੇਰੈਂਸ ਨਹੀਂ ਹੈ ਭਾਜੀ, ਠੀਕ ਹੈ। ਅਸੀਂ ਕੋਰਟ ਦੇ ਥਰੂ ਲੜੇ ਹਾਂ, ਪਹਿਲਾਂ ਹਿਊਮਨ ਰਾਈਟ ਤੋਂ ਅਸੀਂ ਕੀਤਾ ਫਾਈਟ, ਫਿਰ ਇੱਕ ਕੇਸ ਪੂਰਾ ਪ੍ਰਸ਼ਾਸਨਿਕ ਜਿਹੜਾ ਕਹਿ ਸਕਦੇ ਚੱਲਿਆ ਜੀ। ਅਸੀਂ ਸਾਡੇ ਇਹਦੇ ਵਿੱਚ ਕਿਸੇ ਦਾ ਕੋਈ ਰੋਲ ਨਹੀਂ ਹੈ। ਜੇ ਆਪਾਂ ਕਿਹਾ ਜਾਵੇ ਨਾ, ਕੁਛ ਗੱਲਾਂ ਆਉਂਦੀਆਂ ਨੇ ਨਿਕਲ ਕੇ, ਮੇਰਾ ਨਾਮ ਧੀਰਜ ਕੁਮਾਰ ਹੈ ਵੀ ਇਹ ਉਹਨਾਂ ਦਾ ਨਿੱਜੀ ਬੰਦਾ ਜੀ, ਨਹੀਂ ਇੱਦਾਂ ਤਾਂ ਕੁਛ ਨਹੀਂ ਹੈ, ਠੀਕ ਹੈ ਜੀ। ਅਸੀਂ ਕਾਨੂੰਨੀ ਲੜਾਈ ਲੜੀ ਹੈ ਔਰ ਕਾਨੂੰਨੀ ਲੜਾਈ ਹੀ ਅਸੀਂ ਫਿਰ ਦੁਬਾਰਾ ਲੜਾਂਗੇ, ਠੀਕ ਹੈ। ਇਹਦੇ ਵਿੱਚ ਅਸੀਂ ਜਗਤਪੁਰਾ ਪਿੰਡ ਨੂੰ ਅਲੱਗ ਕਰਨਾ ਚਾਹੁੰਦੇ ਹਾਂ ਤੇ ਅਸੀਂ ਆਪਣੇ ਆਪ ਨੂੰ ਅਲੱਗ ਕਰਨਾ ਚਾਹੁੰਦੇ ਹਾਂ, ਠੀਕ ਹੈ। ਤੇ ਬਿਲਕੁਲ ਪੂਰਾ ਜਿਹੜਾ ਇੱਥੇ ਜਿਹੜੇ ਲੋਕ ਨੇ ਉਹਨਾਂ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਸਾਰਿਆਂ ਦੀ ਜਿਹੜੀ ਹੈਗੀ ਹੈ ਸਭ ਨੂੰ ਇਕੁਅਲ ਜਿਹੜਾ ਹੈ ਉਹ ਅਧਿਕਾਰ ਦੇਣਾ ਚਾਹੀਦਾ, ਜਿਸ ਕਰਕੇ ਕਾਫੀ ਚੀਜ਼ਾਂ ਇਹਨਾਂ ਨੂੰ ਪ੍ਰੋਬਲਮਸ ਆ ਰਹੀ ਹੈ, ਚਾਹੇ ਉਹ ਕਿਸੇ ਦੇ ਸਟੈਂਪ ਲਾਣੀ ਹੋਵੇ ਤਾਂ ਦਿੱਕਤ, ਜਾਂ ਫਿਰ ਕਿਸੇ ਵੀ ਤਰ੍ਹਾਂ ਦਾ ਕੋਈ ਸਰਟੀਫਿਕੇਟ ਜਿਹੜਾ ਹੈ ਉਹ ਬਣਾਉਣਾ ਹੋਵੇ ਉਹ ਦਿੱਕਤ ਹੈ। ਇਸ ਕਰਕੇ ਬਿਲਕੁਲ ਰਾਸ਼ਨ ਕਾਰਡ ਨੂੰ ਲੈ ਕੇ ਕਈ ਦਿੱਕਤਾਂ ਨੇ, ਜਿਸ ਕਰਕੇ ਹਾਲਾਂਕਿ ਇਸ ਵਾਰੀ ਜਿਹੜੇ ਜਗਤਪੁਰਾ ਦੇ ਵਿੱਚ ਪੰਚਾਇਤੀ ਚੋਣਾਂ ਹੋ ਰਹੀਆਂ ਉਹਨਾਂ ਨੂੰ ਰੱਦ ਕਰ ਦਿੱਤਾ ਗਿਆ, ਸਸਪੈਂਡ ਕਰ ਦਿੱਤਾ ਗਿਆ। ਹੁਣ ਆਉਣ ਵਾਲੇ ਸਮੇਂ 'ਚ ਕਿਸ ਤਰ੍ਹਾਂ ਦੀ ਚੀਜ਼ਾਂ ਹੋਣਗੀਆਂ, ਕਿਸ ਤਰ੍ਹਾਂ ਸਲੈਬ ਸਿਸਟਮ ਜਿਹੜਾ ਹੈਗਾ ਪਿੰਡ ਦੀ ਵੱਖ ਜਾਂ ਇਹਨਾਂ ਦੀ ਜਿਹੜੀ ਹੈ ਡਿਫਰੈਂਟ ਕਰਨਗੇ, ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਜਿਹੜੀ ਕਾਰਵਾਈ ਹੈ ਉਹ ਅੱਗੇ ਦੇਖਣੀ ਹੋਵੇਗੀ ਕਿਸ ਤਰ੍ਹਾਂ ਦੀ ਹੁੰਦੀ ਹੈ।